ਤੰਗ ਪਰੇਸ਼ਾਨ ਪੌਣੇ 2 ਸਾਲ ਹੋ ਗਏ ਨੂੰ ਗੁੱਡੀ ਨੂੰ ਵਿਆਹੀ ਨੂੰ। ਇਹਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਸੀ, ਕਈ ਵਾਰੀ ਰਿਸ਼ਤੇਦਾਰ ਆ ਕੇ ਆਪਸ ਵਿੱਚ ਹੀ ਅਸੀਂ ਬੈਠ ਕੇ ਘਰੋਂ ਤੋੜ ਦਿੰਦੇ ਤੇ, ਮਤਲਬ ਧੱਕੇ ਪਿੱਲੇ ਨਾਲ ਤੋੜਦੇ ਤੇ। ਇਹ ਸਿਰਫ ਇਹੀ ਕਹਿਣਾ ਹੁੰਦਾ ਸੀ ਇਹਦੇ ਕੋਲ, ਇੱਕੇ ਜ਼ਬਾਨ ਦੇ ਵਿੱਚ ਇੱਕੇ ਗੱਲ ਸੀ, ਮੈਨੂੰ ਤਲਾਕ ਦੇ ਦੇ, ਹੁਣ ਤਲਾਕ ਦੇ ਦੇ, ਤਲਾਕ ਦੇ ਦੇ। ਜੇ ਕੁਛ ਚਿਰ ਪਹਿਲਾਂ ਠੀਕ ਰਿਹਾ ਸਾਲ ਕੁ, ਉਦੋਂ ਬਾਅਦ ਦੂਸਰਾ ਭਰਾ ਇਹਦਾ ਆ ਗਿਆ, ਉਹਨੇ ਆ ਕੇ ਇੰਨਾ ਮਤਲਬ ਉਹਦੇ ਚੰਗੇ ਘਰ 'ਚ ਬਹਿ ਗਿਆ, ਉਦੋਂ ਤਕੜੇ ਘਰ 'ਚ ਬਹਿ ਗਿਆ, ਉਹਨੂੰ ਆ ਕੇ ਇਹਨੂੰ ਉਲਟ ਉਂਗਲੀਆਂ ਲਾਉਣੀਆਂ ਸ਼ੁਰੂ ਕਰਤੀਆਂ। ਮਤਲਬ ਕਹਿੰਦਾ ਮੈਂ ਤੈਨੂੰ ਹੋਰ ਤੰਗ ਮਤਲਬ ਵਧੀਆ ਕੁੜੀ ਨਾਲ ਹੋਰ ਕਿਤੇ ਵਿਆਹ ਕਰਵਾ ਦੂੰ ਤੇਰਾ ਚੰਗੇ ਘਰ 'ਚ, ਵੀ ਤੂੰ ਤਲਾਕ ਦੇ ਦੇ। ਬਸ ਇਹਨੇ ਇੱਕੇ ਗੱਲ ਦਾ ਰਟਣ ਰਟਣ ਕਹਿੰਦੀ ਤਲਾਕ ਦੇ ਦੇ, ਤਲਾਕ ਦੇ ਦੇ। ਤੁਹਾਨੂੰ ਕਦੋਂ ਪਤਾ ਲੱਗਿਆ ਲੜਕੀ ਦੀ ਡੈਥ ਹੋ ਗਈ, ਕਿੰਨਾ? ਕੱਲ ਸ਼ਾਮ ਨੂੰ ਸਾਨੂੰ 5 ਵਜੇ ਪਤਾ ਲੱਗਿਆ ਜੀ, ਇਹ ਵੀ ਮੁੰਡੇ ਨੇ ਫੋਨ ਕਰਿਆ ਆਪ, ਉਹਨਾਂ ਬੰਦਿਆਂ ਨੇ ਸਾਨੂੰ ਫੋਨ ਵੀ ਨਹੀਂ ਕਰਿਆ ਹੈਗਾ। ਉਹਨਾਂ ਦੀ ਇਹੀ ਸਾਜ਼ ਸੀ ਵੀ ਅਸੀਂ ਕੁੜੀ ਮਤਲਬ ਕੁੜੀ ਦਾ ਸੰਸਕਾਰ ਵੀ ਚੋਰੀ ਇਹਨਾਂ ਤੋਂ ਕਰ ਦਈਏ, ਸਾਨੂੰ ਕਿਸੇ ਗੱਲ ਦਾ ਮਤਲਬ, ਸਾਨੂੰ ਬਿਆਨਬਾਜ਼ੀ ਵੀ ਨਹੀਂ ਉਹਨੂੰ ਮਤਲਬ ਹੋਣ ਦਿੱਤੀ, ਮੁੰਡੇ ਤੋਂ ਨਾਲ ਗੱਲ ਹੋਈ ਆ ਇੱਕ ਬਸ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਉਹਨਾਂ ਸਮਝਦਾ ਇਨਸਾਫ ਹੁਣ ਮਿਲਣਾ ਚਾਹੀਦਾ ਜੀ, ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਐਡੇ ਬੜੇ ਦੋਸ਼ੀਆਂ ਨੂੰ। ਅੱਜ ਇਹਨਾਂ ਨੇ ਸਾਡੀ ਕੁੜੀ ਮਾਰ ਕੇ ਜੀ, ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਜੀ, ਅਸੀਂ ਲਹਿਰਾ ਗਾਗਾ ਰੋਡ ਜਾਮ ਰੱਖਿਆ ਜੀ ਇਹ ਗੱਲ ਕਰਕੇ, ਸਾਡੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ, ਤਾਂ ਕਰਕੇ ਅਸੀਂ ਰੋਡ ਜਾਮ ਰੱਖਾਂਗੇ ਜੀ ਜਿੰਨਾ ਚਿਰ ਸਾਨੂੰ ਮਨ ਤਨੁਸ਼ਟ ਨਹੀਂ ਮਿਲਦੀ ਜੀ। ਡੈਡ ਬੋਡੀ ਨਾਲ ਆਈ ਹੋ ਜਿੱਥੇ ਡੈਡ ਬੋਡੀ ਹੋਤੀ। ਪਰਵਿੰਦਰ ਸਿੰਘ, ਗੁਰਜੀਤ ਕੌਰ, ਇੱਕ ਉਹਦਾ ਭਾਈ ਗੁਰਪਿੰਦਰ ਸਿੰਘ ਉਰਫ ਬਿੰਦਾ, ਇਹਨਾਂ ਤਿੰਨਾਂ ਨੇ ਰਲ ਕੇ ਮੇਰੀ ਭੈਣ ਦਾ ਕਤਲ ਕੀਤਾ। ਕਤਲ ਤੋਂ ਪਹਿਲਾਂ ਮੇਰੀ ਭੈਣ ਨੇ ਫੋਨ ਕਰਿਆ ਮੈਨੂੰ ਵੀ ਬਚਾ ਲੈ ਆ ਜਾ, ਮੈਂ ਆਇਆ ਸੀ। ਉਦੋਂ ਬਾਅਦ ਲਹਿਰੇ ਬੇਹੋਸ਼ ਸੀ, ਮਤਲਬ ਅਲੱਗ ਗੱਲ ਨਹੀਂ ਕੀਤੀ ਮੇਰੇ ਨਾਲ। ਉਸ ਤੋਂ ਬਾਅਦ ਸੁਨਾਮ ਨੂੰ ਲੈ ਕੇ ਗਿਆ, ਉਹ ਡੈਡ ਹੋ ਗਏ, ਸੁਨਾਮ ਤੋਂ ਸਾਰੇ ਭੱਜ ਗਏ, ਮੈਂ ਇਕੱਲਾ ਮੁਣਕ ਲੈ ਕੇ ਗਿਆ। ਇਹਨਾਂ ਨੇ ਮੇਰੀ ਭੈਣ ਦਾ ਕਤਲ ਕੀਤਾ। ਇਹਨਾਂ ਨੇ ਵੱਧ ਤੋਂ ਵੱਧ ਧਾਰਾ 420, 302 ਜਿੰਨੀਆਂ ਹੀ ਪੈਂਦੀਆਂ ਨੇ ਵੱਧ ਤੋਂ ਵੱਧ ਪਾ ਕੇ ਇਹਨਾਂ ਵਿਰੁੱਧ ਕਾਰਵਾਈ ਕਰੋ, ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ। ਇਹਨਾਂ ਨੇ ਮੇਰੀ ਭੈਣ ਨਾਲ ਬਹੁਤ ਪਹਿਲਾਂ ਧੱਕਾ ਕੀਤਾ। ਕਿੰਨੇ ਸਾਲ ਹੋ ਗਏ ਮੈਨੂੰ? ਵਿਆਹ ਨੂੰ ਕਰੀਬ 2 ਸਾਲ ਹੋ ਗਏ। ਆਪਣੇ ਢੰਗ ਨਾਲ ਆਪਣੇ ਢੰਗ ਨਾਲ ਹੀ ਬਿਆਨ ਲਿਖਤੇ, ਆਪਣੇ ਢੰਗ ਨਾਲ ਬਿਆਨ ਲਿਖਤੇ। ਜਿਸ ਦੀ ਉਮਰ ਕਰੀਬ 25-26 ਸਾਲ ਹੈ, ਕਰਮਜੀਤ ਕੌਰ ਨਾਂ ਹੈ, ਪੁੱਤਰੀ ਨਿਰਮਲ ਸਿੰਘ ਜੱਟ ਵਾਸੀ ਲਾੜ ਵੰਜਾਰਾ ਦੀ ਹੈ, ਜਿਹੜੀ ਕਿ ਪਰਮਿੰਦਰ ਸਿੰਘ ਪੁੱਤਰ ਮੇਜਰ ਸਿੰਘ ਨਾਲ ਘੋੜਾ ਨਾ ਪਿੰਡ ਥਾਣਾ ਲਹਿਰ ਦੇ ਵਿੱਚ ਵਿਆਹੀ ਹੋਈ ਸੀ, ਜੋ ਕਿ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਜਿਹੜਾ ਹੈ ਉਹਦੀ ਮੌਤ ਹੋ ਚੁੱਕੀ ਹੈ, ਜਿਸ 'ਤੇ ਤਫਤੀਸ਼ੀ ਅਫਸਰ ASA ਰਮੇਸ਼ਵਰ ਦਾਸ ਨੂੰ ਭੇਜਿਆ ਗਿਆ, ਜੋ ਲੜਕੀ ਦੇ ਵਾਰਸਾਂ ਨੇ, ਲੜਕੀ ਦੇ ਫਾਦਰ ਨਿਰਮਲ ਸਿੰਘ ਨੇ ਆਪਣਾ ਬਿਆਨ ਲਿਖਾਇਆ ਕਿ ਉਸਦੀ ਲੜਕੀ 2-2.5 ਸਾਲ ਤੋਂ ਘੋੜੇ ਨਾਲ ਪਿੰਡ ਵਿਆਹੀ ਹੋਈ ਸੀ, ਅਤੇ ਉਸਦਾ ਸਹੁਰਾ ਪਰਿਵਾਰ ਜਿਹੜਾ ਹੈ, ਲੜਕੀ ਦੇ ਘਰ ਵਾਲਾ ਪਰਮਿੰਦਰ ਸਿੰਘ ਉਰ ਬਿੱਲਾ ਅਤੇ ਗੁਰਪਿੰਦਰ ਸਿੰਘ ਉਰ ਭਿੰਦਾ ਜਿਹੜਾ ਉਹਦਾ ਲੜਕੀ ਦਾ ਜੇਠ ਹੈ,
ਤੇ ਲੜਕੀ ਦੀ ਸੱਸ ਜਿਹੜੀ ਹੈ ਗੁਰਜੀਤ ਕੌਰ ਪਤਨੀ ਮੇਜਰ ਸਿੰਘ ਇਹਨੂੰ ਤੰਗ ਪਰੇਸ਼ਾਨ ਕਰਦੇ ਸੀ ਤਾਂ ਲੜਕੀ ਨੇ ਇਹਨਾਂ ਤੋਂ ਦੁਖੀ ਹੋ ਕੇ ਆਪਣੀ ਜਿਹੜੀ ਹੈ ਮੌਤ ਕਰ ਲਈ ਹੈ ਜਿਸ ਤੇ ਮੁਕੱਦਮਾ ਨੰਬਰ 267 ਮਿਤੀ 20/10/19 ਅਧੀਨ ਧਾਰਾ 306(34) IPC ਥਾਣਾ ਲਹਿਰਾ ਦਰਜ ਕੀਤੀ ਗਈ ਜੀ ਤਫਤੀਸ਼ ਜਾਰੀ ਹੈ ਪਰ ਅੱਜ ਜਿਹੜਾ ਹੈ ਲੜਕੀ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਬੋਰਡ ਪਾਸੋਂ ਜਿਹੜਾ ਲੜਕੀ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜਾ ਹੈ ਲੜਕੀ ਦੇ ਵਾਰਸਾਂ ਨੇ ਜਿਹੜਾ ਧਰਨਾ ਦਿੱਤਾ ਹੈ ਇੱਥੇ ਲਹਿਰਾ ਨਹਿਰ ਦੇ ਉੱਤੇ ਮੇਨ ਰੋਡ 'ਤੇ ਜਿਹਨਾਂ ਦੀ ਮੰਗ ਹੈ ਕਿ ਮੁਕੱਦਮਾ ਜਿਹੜਾ ਹੈ 302 'ਚ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜੋ ਦੋਸ਼ੀਆਂ ਦੇ ਘਰ ਰੇਡ ਕੀਤੇ ਗਏ ਦੋਸ਼ੀ ਫਰਾਰ ਹਨ ਪਰ ਫਿਲਹਾਲ ਅਸੀਂ ਇੱਕ ਦੋਸ਼ੀ ਜਿਹੜਾ ਹੈ ਪਰਮਿੰਦਰ ਸਿੰਘ ਉਹ ਕਾਬੂ ਕਰ ਲਿਆ ਜਿਹੜਾ ਲੜਕੀ ਦੇ ਘਰ ਵਾਲਾ ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਜਲਦੀ ਜਿਹੜਾ ਗ੍ਰਿਫਤਾਰ ਕਰ ਲਏ ਜਾਣਗੇ ਮੁਕੱਦਮਾ ਹਜੇ ਵਿੱਚ ਵਧੇਈ ਧਿਰ ਲੜਕੀ ਦੇ ਵਾਰਸਾਂ ਦੀ ਜੋ ਮੰਗ ਹੈ ਉਹਦੇ ਮੁਤਾਬਕ ਅਗਰ ਕੋਈ ਵੀ ਜਿਹੜੇ ਹੈ 302 ਵਾਲੇ ਤੱਤ ਜਾਂ ਕੋਈ ਹੋਰ ਤੱਤ ਤਫਤੀਸ਼ ਦੌਰਾਨ ਸਾਹਮਣੇ ਆਉਂਦੇ ਹਨ ਤਾਂ ਕਾਨੂੰਨ ਅਨੁਸਾਰ ਸੰਬੰਧਿਤ ਵਿਅਕਤੀਆਂ ਦੇ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਨੌਕਰੀ ਦੁਸ਼ਮਣ ਦੀ ਛੁੱਟੀ ਸੰਤਾਨਹੀਣ ਦੀ ਸਮੱਸਿਆ ਦਾ ਹੱਲ 100% ਗਰੰਟੀ ਨਾਲ ਹੁਣ ਤੱਕ ਵਸ਼ੀਕਰਨ ਲਵ ਮੈਰਿਜ ਅਤੇ PR ਦੇ ਕਈ ਕੇਸ ਹੱਲ ਕੀਤੇ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ ਲਾਟਰੀ ਸਪੈਸ਼ਲਿਸਟ ਬਾਬਾ ਜੀ ਦੀਨ ਦਿਆਲ